ज्ञान अंजन गुर दिया अज्ञान अंधेर विनाश, हर कृपा ते संत पेटिया नानक मन परगास। जाही कुल ते प्रगट होए ताही कुल को नाम, पुंद्वा दस गोरिंद को मेरी है प्रणाम। कमर कृपान, कमर कृपान और कर में कलम गहे, कमर कृपान और कर में कलम गहे, सिंह कविगण के समाज में सुहाव तो। कमर कृपान और कर में कलम गहे, सिंह कविगण के समाज में सुहाव तो। भारत की मृतक दशा को बार बार सोच, भारत की मृतक दशा को बार बार सोच, जीवन के जतन है सिखन बताव तो। ऐसे सतगुरु नु आखो धन सतगुरु गोबिंद सिंह जी। सा संगत जी, गुरु गोबिंद सिंह ना आख्या करो, सतगुरु गोबिंद सिंह जी आख्या करो, ए ना आख्या करो गुरु गोबिंद सिंह गया। क्यों? वो भैया सी तुहाडा के नौकर सी, वो ते आप नारायण कला धार जग मैं परवरियो। उस अकाल पुरख सतगुरु सच्चे पातशाह नु सतगुरु गोबिंद सिंह जी उत्थे दर्शन दिते। इस तरह सत्कार सहित आख्या करो, ओदे नाल साडा भला सच्चे पातशाह नू कोई फर्क नहीं पैंदा। अज पौंटा साहब की पवित्र धरती उत्ते असीं सारे ही सतगुरु गोबिंद सिंह सच्चे पातशाह दे सेवक, उन्हां दे सिख, उन्हां दे बच्चे आपां इत्थे एकत्र होए आ इस वास्ते के असीं नाम धारीए, असीं सतगुरु गोबिंद सिंह सच्चे पातशाह नूं अपना दसवां गुरु मानदे हां, अपना पिता मानदे हां। फिर आखो धन सतगुरु गोबिंद सिंह। नामधारी साध संगत जी, आप जी नूं चंगी तरह पता होना चाहिए कि सानू मर्यादा दित्ती, अमृत दित्ता, जो भी दित्ता सतगुरु राम सिंह ने दित्ता, ते की आख के दित्ता उन्होंने हुक्म किया मैं तुहानू दसवें पातशाह की मर्यादा दे रहा। सतगुरु राम सिंह जी ने जदों नामधारी संगत नूं अमृत छकाया, सिखी मुड़ सुरजीत की, उन्होंने वचन किया कि दसवें पातशाह दे बनाए मैनू ढाई सिख लभे, भाव हर गल ही दसवें पातशाह दी कीती है। सो असीं सतगुरु राम सिंह जी नूं अपना बारवां गुरु मानदे हाँ, दसवें पातशाह दा अवतार मानदे हाँ। सतगुरु राम सिंह ने दसवें पातशाह दा ਉਹ ਸਤਿਕਾਰ ਕੀਤਾ ਕਰਵਾਇਆ, ਔਰ ਅੱਜ ਇੱਥੇ ਸਾਡੇ ਆਉਣ ਦਾ ਇੱਕ ਮੁੱਖ ਪ੍ਰਯੋਜਨ ਇਹ ਹੈ ਕਿ ਅਸੀਂ ਨਾਮ ਧਾਰੀਏ, ਦਸਵੇਂ ਪਾਤਸ਼ਾਹ ਨੂੰ ਮੰਨਦੇ ਹਾਂ, ਅਸੀਂ ਦਸਵੇਂ ਪਾਤਸ਼ਾਹ ਤੋਂ ਜਾਂ ਅਸੀਂ ਆਪਣੇ ਗੁਰਧਾਮਾਂ ਤੋਂ ਵੱਖਰੇ ਨਹੀਂ ਹੋਣਾ ਅਤੇ ਨਾ ਹੀ ਹੋ ਸਕਦੇ। ये पौंटा साहब, आनंदपुर साहब, जो भी गुरधाम ने वह साढ़े गुरु दे ने, वह ना अकालिया दे ने, ना निरंकारिया दे, ना नामधारिया दे, जां किसे दे नहीं, सारे ही सिखां दे ने, आपां सारे ही सच्चे पातशाह दे सेवक हाँ। इस करके असी अपने मुड नाल जुड़ना है। मैं एक होर चीज़ स्पष्ट कर देवां कि जेड़ियां टाणियां ਮੁੱਢ ਨਾਲੋਂ ਟੁੱਟ ਜਾਣ, ਕਿੰਨਾ ਹੀ ਉਹਨਾਂ ਨੂੰ ਪਾਣੀ 'ਚ ਰੱਖੀਏ, ਬਹੁਤੇ ਦਿਨ ਜਿਉਂਦੀਆਂ ਨਹੀਂ ਰਹਿੰਦੀਆਂ, ਸੁੱਕ ਜਾਂਦੀਆਂ ਨੇ। ਆਪਾਂ ਨੂੰ ਨਾਮਧਾਰੀਆਂ ਨੂੰ ਦਸਵੇਂ ਪਾਤਸ਼ਾਹ ਦਾ ਸਤਿਕਾਰ ਕਰਨਾ, ਚੇਤਾ ਕਰਨਾ ਕਾਫੀ ਹੱਦ ਤੱਕ ਭੁੱਲਿਆ ਪਿਆ ਸੀ। ਮੈਂ ਉਹਨਾਂ ਦੀ ਕਿਰਪਾ ਨਾਲ ਹੀ ਆਪ ਜੀ ਨੂੰ ਉਹ ਚੇਤਾ ਕਰਵਾਉਂਦਾ ਪਿਆ ਕਿ ਅਸੀਂ ਵੱਖਰੇ ਨਹੀਂ ਹੋਣਾ, ਅਸੀਂ ਦਸਵੇਂ ਦੇ ਸਿੱਖ ਹਾਂ। ਦੂਸਰੀ ਗੱਲ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਲ ਅਵਸਥਾ ਵਿੱਚ ਪੀਰ ਭੀਖਣ ਸ਼ਾਹ ਦੀਆਂ ਦੋਵਾਂ ਕੁੱਜੀਆਂ 'ਤੇ ਹਸਤ ਕਮਲ ਰੱਖ ਕੇ ਬਚਨ ਕੀਤਾ ਕਿ ਮੈਂ ਤਾਂ ਸਾਰਿਆਂ ਦਾ। ਜੇ ਦਸ਼ਮੇਸ਼ ਪਿਤਾ ਬਾਲ ਅਵਸਥਾ ਵਿੱਚ ਇਹ ਬਚਨ ਕਰਦੇ ਨੇ
ਕਿ ਮੈਂ ਹਿੰਦੂ ਅਤੇ ਮੁਸਲਮਾਨਾਂ ਦਾ, ਫਿਰ ਉਹ ਸਾਡੇ ਨਾਮਧਾਰੀਆਂ ਦੇ ਕਿਉਂ ਨਹੀਂ ਹੈਗੇ? ਕਿਉਂ ਬਈ ਨਾਮਧਾਰੀਓ? ਪ੍ਰਚਾਰ ਕਰਦੇ ਨੇ ਉਹ ਵੀ ਵਿਦਵਾਨ ਹੁੰਦੇ ਨੇ, ਜੇ ਵਧੀਆ ਵਪਾਰ ਕਰਦੇ ਨੇ ਉਹ ਵੀ ਵਿਦਵਾਨ ਹੁੰਦੇ ਨੇ। ਇਸ ਲਈ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਆਪਣੇ ਗੁਰੂ ਦੇ ਬਚਨ ਮੰਨਦੇ ਹੋਏ ਵਿਦਵਾਨ ਬਣੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਗੁਰੂ ਦਾ ਪ੍ਰਚਾਰ ਕਰੋ, ਸਾਰੇ ਸੰਸਾਰ ਵਿੱਚ ਕਰੋ। ਜੇ ਆਪ ਜੀ ਸਾਰੇ ਹੀ ਵਿਦਵਾਨ ਬਣ ਕੇ ਸਾਰੇ ਸੰਸਾਰ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਪਹੁੰਚ ਜਾਓਗੇ। ਮੁੱਖ ਖੇਤਰ ਚਾਰ ਨੇ, ਵਪਾਰਕ, ਰਾਜਨੀਤਿਕ, ਵਪਾਰਕ ਰਾਜਨੀਤਿਕ ਵਿੱਦਿਅਕ, ਪ੍ਰੋਫੈਸਰ ਪ੍ਰਿੰਸੀਪਲ ਚਾਂਸਲਰ ਆਦਿ, ਅਤੇ ਵੱਖੋ ਵੱਖਰੀਆਂ ਕੰਪਨੀਆਂ ਦੇ ਵੱਡੇ ਅਧਿਕਾਰੀ ਬਣਨਾ, ਜਾਂ ਫਿਰ ਉਸ ਤੋਂ ਬਾਅਦ ਸਾਡਾ ਵੱਖੋ ਵੱਖਰੀਆਂ ਕਲਾਵਾਂ ਦੇ ਵਿੱਚ ਨੇ, ਫਿਲਮਾਂ ਦੇ ਵਿੱਚ ਗਾਉਣ ਦੀ ਕਲਾ ਹੈ, ਜੋ ਵੀ ਵੱਖੋ ਵੱਖ ਕਲਾਵਾਂ ਨੇ, ਉਹਨਾਂ ਸਾਰੀਆਂ ਦੇ ਵਿੱਚ ਵਿਦਵਾਨ ਬਣ ਕੇ ਜੇ ਆਪ ਜੀ ਸਾਰੇ ਉੱਥੇ, ਸਾਰੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਜੇ ਉੱਥੇ ਪਹੁੰਚ ਜਾਓਗੇ, ਸਾਧ ਸੰਗਤ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਸੰਸਾਰ 'ਤੇ ਰਾਜ ਆਪ ਜੀ ਦਾ ਹੋਵੇਗਾ। ਜੇ ਆਪ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਵਿਦਵਾਨ ਬਣੋਗੇ, ਆਪਣੇ ਬੱਚਿਆਂ ਨੂੰ ਬਣਾਓਗੇ ਅਤੇ ਰਾਜ ਕਰੇਗਾ ਖਾਲਸਾ ਵਾਲੀ ਗੱਲ ਸਾਰੇ ਸੰਸਾਰ 'ਤੇ ਕਰੋਗੇ, ਔਰ ਗੁਰਬਾਣੀ ਵਿੱਚ ਜੋ ਲਿਖਿਆ ਸ੍ਰੀ ਗੁਰੂ ਰਾਜ ਅਵਿਚਲ ਅਟਲ ਆਦਿ ਪੁਰਖ ਫਰਮਾਇਓ, ਅਤੇ ਅਪਾਰ ਕਿਰਪਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਨਗੇ ਤੁਹਾਡੇ 'ਤੇ, ਬਹੁਤ ਬਖਸ਼ਿਸ਼ਾਂ ਕਰਕੇ ਤੁਹਾਡੇ ਘਰ ਭੰਡਾਰ ਭਰ ਦੇਣਗੇ, ਬਹੁਤ ਕਿਰਪਾ ਕਰਨਗੇ। ਗੁਰਬਾਣੀ ਵਿੱਚ ਵੀ ਲਿਖਿਆ ਗੁਰਪ੍ਰਸਾਦੀ ਵਿੱਦਿਆ ਵਿਚਾਰ ਹੈ, ਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦੀ ਵਿੱਦਿਆ ਵਿਚਾਰ ਹੈ, ਪੜ੍ਹ ਪੜ੍ਹ ਪਾਵੈ ਮਾਨ। ਇਸ ਕਰਕੇ ਮਾਨ ਸਾਨੂੰ ਵਿੱਦਿਆ ਪੜ੍ਹ ਕੇ ਹੀ ਮਿਲ ਸਕਦਾ। ਅਤੇ ਸਾਧ ਸੰਗਤ ਜੀ, ਜਿਹੜੇ ਸੱਜਣ ਦਸਮ ਬਾਣੀ ਦਾ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੰਨਾ ਜ਼ੋਰ ਇਸ ਕੰਮ 'ਤੇ ਲਾਉਂਦੇ ਹੋ, ਉਹਦੀ ਬਜਾਏ ਆਪਣੇ ਗੁਰੂ ਦੀ ਵਧੀਆ ਕਵਿਤਾ ਜਾਂ ਉਹਨਾਂ ਦੀ ਰਚਵਾਈ ਕਵੀਆਂ ਦੀ ਕਵਿਤਾ, ਉਸ ਚੀਜ਼ ਦਾ ਪ੍ਰਚਾਰ ਕਰਨ 'ਤੇ ਲਾਈਏ। ਦਸਮ ਬਾਣੀ ਜਾਂ ਦਸਮ ਗ੍ਰੰਥ ਸਾਹਿਬ ਵਾਸਤੇ ਜੋ ਵਿਵਾਦ ਹੈ, ਉਹ ਆਪਾਂ ਅੰਦਰ ਬੈਠ ਕੇ ਨਜਿੱਠ ਕੇ ਸਾਰੇ ਜਾਣੇ ਇੱਕ ਗੱਲ 'ਤੇ ਸਹਿਮਤ ਹੋ ਜਾਈਏ। ਜਦੋਂ ਆਪਾਂ ਲੋਕਾਂ ਦੇ ਸਾਹਮਣੇ ਇੱਕ ਗੱਲ ਨੂੰ ਲੈ ਕੇ ਆਪਸ ਵਿੱਚ ਵਿਵਾਦ ਕਰਦੇ ਹਾਂ, ਉਹਦੇ ਨਾਲ ਸੰਗਤ ਦੀ ਸ਼ਰਧਾ ਘੱਟਦੀ ਹੈ ਅਤੇ ਲੋਕਾਂ 'ਚ ਸਾਡੀ ਬਦਨਾਮੀ ਹੁੰਦੀ ਹੈ। ਬਾਣੀ ਵਿੱਚ ਵੀ ਹੁਕਮ ਹੈ, ਵਾਦ ਵਿਵਾਦ ਕਾਹੂ ਸਿਉ ਨਾ ਕੀਜੈ। ਸੋ ਇਸ ਕਰਕੇ ਆਪਾਂ ਗੁਰਬਾਣੀ ਦਾ ਬਚਨ ਮੰਨਦੇ ਹੋਏ ਆਪਸ ਵਿੱਚ ਵਿਵਾਦ ਨਾ ਕਰੀਏ। ਇੱਕ ਨਵਾਂ ਨਾਰਾ ਬਣਾਇਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਦਸਵੇਂ ਪਾਤਸ਼ਾਹ ਦੀ ਯਾਦ ਵਿੱਚ ਉਹ ਲਿਖਿਆ ਹੋਇਆ, ਵਿੱਦਿਆ ਦਾਤੇ ਦਸ਼ਮੇਸ਼, ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟੇ ਆਪ ਪਰਮੇਸ਼। ਸੋ ਇਸ ਤਰ੍ਹਾਂ ਦੇ ਨਾਰੇ ਆਪ ਜੀ ਵੀ ਯਾਦ ਕਰੋ। ਇੱਕ ਹੋਰ ਨਾਰਾ ਬਣਾਇਆ ਜਿਹੜਾ ਸਾਰੇ ਭਾਰਤ ਵਾਸੀਆਂ ਨੂੰ ਯਾਦ ਕਰਨ ਦੀ ਲੋੜ ਹੈ, ਵੈਸੇ ਤਾਂ ਸਾਰੇ ਸਿੱਖ ਪੰਥ ਨੂੰ ਵਿਸ਼ੇਸ਼ ਰੂਪ 'ਚ ਲੋੜ ਹੈ ਕਿ ਭਰਾਵੋ, ਜੁੜੋਗੇ ਤਾਂ ਵਧੋਗੇ, ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ। ਗੱਲ ਸਾਦੀ ਜਿਹੀ ਹੈ, ਮੰਨਣ ਦੀ ਲੋੜ ਹੈ ਨਾ। ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ। ਇੱਕ ਹੋਰ ਨਾਰਾ ਬਣਾਇਆ, ਜੋੜਨਾ ਧਰਮ ਹੈ, ਤੋੜਨਾ ਅਧਰਮ ਹੈ। ਸੋ ਇਹ ਬੇਨਤੀਆਂ ਮੇਰੀਆਂ, ਆਪ ਜੀ ਸਾਰੇ ਕਿਰਪਾ ਕਰੋ, ਚੇਤਾ ਰੱਖੋ। ਜਿਹੜੇ ਨਾਮਧਾਰੀ ਸੱਜਣ ਮੈਨੂੰ ਇਹ ਕਹਿੰਦੇ ਨੇ ਕਿ ਤੂੰ ਫਤਿਹ ਬੁਲਾਉਣ ਲਾ ਦਿੱਤਾ ਨਾਮਧਾਰੀਆਂ ਨੂੰ ਅਤੇ ਕਿਰਪਾਨਾਂ ਪਵਾ ਦਿੱਤੀਆਂ, ਤੂੰ ਇਹਨਾਂ ਨੂੰ ਅਕਾਲੀ ਬਣਾਉਂਦਾ ਪਿਆ। ਮੈਂ ਬਹੁਤ ਸਪਸ਼ਟ ਕਰਦਾ, ਮੈਂ ਕਿਸੇ ਨੂੰ ਅਕਾਲੀ ਨਹੀਂ ਬਣਾਉਂਦਾ, ਮੈਂ ਆਪ ਪੱਕਾ ਨਾਮਧਾਰੀਆਂ। ਮੈਂ ਅਕਾਲੀ ਕਿਉਂ ਬਣਾਵਾਂਗਾ? ਅਤੇ ਵੈਸੇ ਅਕਾਲੀ ਕੌਣ ਹੁੰਦਾ? ਅਕਾਲੀ ਹੁੰਦਾ ਅਕਾਲ ਦਾ, ਅਕਾਲ ਦੇ ਤਾਂ ਸਾਰੇ ਹੀ ਨੇ, ਵੀ ਅਕਾਲੀ ਕਿਹੜਾ ਨਹੀਂ ਹੈਗਾ ਫਿਰ? ਸੋ ਮੈਂ ਅਕਾਲੀ ਨਹੀਂ ਬਣਾਉਂਦਾ, ਪਰ ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਨਾਮਧਾਰੀਆਂ ਨੂੰ ਮੈਂ ਬੇਨਤੀ ਕਰਦਾ
ਕਿ ਬਿਨਾ ਮਤਲਬ ਮੇਰੇ ਤੇ ਔਖੇ ਨਾ ਹੋਵੋ, ਮੈਂ ਆਪ ਜੀ ਨੂੰ ਉਸ ਮੁੱਢ ਨਾਲ ਜੋੜ ਰਿਹਾ ਜਿੱਥੋਂ ਸਤਿਗੁਰੂ ਰਾਮ ਸਿੰਘ ਨੇ ਜੋੜਿਆ, ਜਿੱਥੋਂ ਸਤਿਗੁਰੂ ਰਾਮ ਸਿੰਘ ਨੇ ਤੋਰਿਆ ਸਾਨੂੰ। ਅਸੀਂ ਦਸਵੇਂ ਪਾਤਸ਼ਾਹ ਤੋਂ ਵੱਖਰੇ ਕਿਵੇਂ ਹੋ ਸਕਦੇ ਹਾਂ? ਅਸੀਂ ਪੰਜ ਕਕਾਰਾਂ ਤੋਂ ਵੱਖਰੇ ਕਿਵੇਂ ਹੋ ਸਕਦੇ ਹਾਂ? ਕਿਰਪਾਨ ਪਾਇਆ ਨਾ ਕੋਈ ਅਕਾਲੀ ਬਣ ਜਾਂਦਾ, ਜੇ ਲਾਹਿਆ ਕੋਈ ਹਟ ਨਹੀਂ ਜਾਂਦਾ। ਨਾਮਧਾਰੀਏ ਤੇ ਕਿਰਪਾਨਾਂ ਲੈ ਕੇ ਲੜਦੇ ਰਹੇ ਤਾਂ ਉਹ ਉਦੋਂ ਅਕਾਲੀ ਬਣ ਗਏ ਸੀ। ਦੂਸਰੀ ਗੱਲ, ਅਸੀਂ ਜਨਮ ਅਸ਼ਟਮੀ ਮਨਾਈ ਹੈ, ਰਾਮਨੌਮੀ ਮਨਾਈ ਹੈ, ਉਹਦੇ ਵਾਸਤੇ ਬਹੁਤ ਸੱਜਣ ਕਹਿੰਦੇ ਨੇ ਕਿ ਤੂੰ ਸਿੱਖਾਂ ਨੂੰ ਹਿੰਦੂ ਬਣਾ ਰਿਹਾ। ਮੈਂ ਤਾਂ ਕਿਸੇ ਨੂੰ ਹਿੰਦੂ ਨਹੀਂ ਬਣਾ ਰਿਹਾ, ਮੈਂ ਤਾਂ ਕਹਿੰਦਾ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਹਿੰਦੂ ਨੇ, ਉਹ ਮੋਨੇ ਸਿੱਖ ਨੇ, ਤੁਸੀਂ ਕਿਵੇਂ ਕਹਿੰਦੇ ਹੋ ਕੋਈ ਹਿੰਦੂ ਨੇ? ਜਿਹੜੇ ਸੱਚੇ ਪਾਤਸ਼ਾਹ 'ਤੇ ਸ਼ਰਧਾ ਰੱਖਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਤੁਸੀਂ ਸਿੱਖ ਨਹੀਂ? ਸਾਡੇ ਕੋਲ ਕਿਸੇ ਕੋਲ ਦਸਵੇਂ ਪਾਤਸ਼ਾਹ ਨੇ ਖਾਲੀ ਪ੍ਰਮਾਣ ਪੱਤਰ ਦਿੱਤਾ ਸੀ ਮੋਹਰ ਲਾ ਕੇ ਵੀ ਆ ਪੁੱਤਰ ਵੰਡ ਦਿਓ, ਜੇ ਤੂੰ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ। ਇਹ ਵੱਖਰੀ ਗੱਲ ਹੈ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਠੇਕੇਦਾਰ ਸਮਝ ਬੈਠੇ ਨੇ ਸਿੱਖ ਪੰਥ ਦੇ, ਜਾਂ ਜਿਨ੍ਹਾਂ ਦਾ ਵੱਡੇ ਮੁੱਖ ਸਥਾਨਾਂ 'ਤੇ ਕਬਜ਼ਾ, ਉਹ ਉੱਥੋਂ ਐਲਾਨ ਕਰੀ ਜਾਂਦੇ ਨੇ ਫਲਾਣੇ ਵੀ ਸਿੱਖ ਨਹੀਂ, ਨਾਮਧਾਰੀਏ ਸਿੱਖ ਨਹੀਂ, ਉਹ ਵੀ ਸਿੱਖ ਨਹੀਂ। ਉਹਨਾਂ ਦਾ ਪ੍ਰਸ਼ਾਦਾ ਪਾਣੀ ਇਸੇ ਕੰਮ 'ਤੇ ਹੀ ਚੱਲਦਾ, ਔਰ ਇਸੇ ਕਰਕੇ ਪਿਛਲੇ 100 ਸਾਲ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਸਾਰੀਆਂ ਸਿੱਖ ਸੰਪਰਦਾਵਾਂ ਜਿਹੜੀਆਂ ਨੇ ਉਹ ਦੂਰ ਹੋ ਗਈਆਂ ਨੇ, ਕਿਉਂਕਿ ਸੰਕੀਰਨਤਾ ਲੈ ਆਉਂਦੀ ਹੈ। ਮੈਂ ਉੱਥੇ ਅੱਜ ਸਵੇਰੇ ਖਲੋਤਾ ਸਾਂ, ਇੱਕ ਕੋਈ ਮੋਨਾ ਵੀਰ ਸਾਡਾ ਲੰਘਦਾ ਪਿਆ ਸੀ, ਮੇਰੇ ਖਿਆਲ ਗੁਰਦੁਆਰੇ ਤੋਂ 300-400 ਮੀਟਰ ਦੂਰ ਸੀ। ਉਹਨੇ ਉੱਥੋਂ ਲੰਘਦੇ ਨੇ ਗੁਰਦੁਆਰਾ ਵੇਖ ਕੇ ਉਹਨੇ ਉੱਥੋਂ ਨਮਸਕਾਰ ਕੀਤੀ ਹੈ, ਗਾਂ ਆਪਣੇ ਕੰਮ ਚਲਾ ਗਿਆ। ਉਹ ਸਿੱਖ ਨਹੀਂ ਹੈਗਾ, ਉਹ ਕਿਉਂ ਨਹੀਂ ਸਿੱਖ ਹੈਗਾ? ਗੁਰਬਾਣੀ ਵਿੱਚ ਕਿੱਥੇ ਲਿਖਿਆ ਕਿ ਬਿਨਾਂ ਕੇਸਾਂ ਤੋਂ ਸਿੱਖ ਨਹੀਂ ਹੋ ਸਕਦਾ? ਇਹ ਠੀਕ ਹੈ, ਸੱਚੇ ਪਾਤਸ਼ਾਹ ਸਾਨੂੰ ਹੁਕਮ ਦਿੱਤਾ ਕੇਸ ਰੱਖਣ ਦਾ, ਅਸੀਂ ਵੀ ਰੱਖਦੇ ਹਾਂ, ਸਾਰੇ ਰੱਖਦੇ ਹਾਂ, ਪਰ ਇਹਦਾ ਇਹ ਮਤਲਬ ਨਹੀਂ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਿੱਖ ਕੇਸਾਂ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਸਿੱਖੀ ਸ਼ਰਧਾ ਨਾਲ ਹੈ, ਬਾਹਰਲਾ ਸਰੂਪ ਬਾਅਦ ਵਿੱਚ ਹੈ, ਸ਼ਰਧਾ ਹੋਏਗੀ ਤਾਂ ਬਾਹਰਲਾ ਸਰੂਪ ਆਏਗਾ, ਨਹੀਂ ਤਾਂ ਬਾਹਰਲਾ ਸਰੂਪ ਨਾਲ ਤਾਂ ਜੋ ਮਰਜ਼ੀ ਪਾਈ ਜਾਓ। ਸੋ ਇਸ ਕਰਕੇ ਇੱਕ ਮੈਂ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਅਤੇ ਮਿਲਬੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੇ ਪਰੀਲਾ। ਉਹ ਮਿਲਬੇ ਕੀ ਮਹਿਮਾ ਜਿਹੜੀ ਹੈ, ਉਸ ਵਾਸਤੇ ਹਿੰਦੂ ਸਿੱਖ ਏਕਤਾ ਕਰਵਾ ਰਹੇ ਹਾਂ। ਭਗਵਾਨ ਰਾਮ ਦਾ, ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਇਸ ਕਰਕੇ ਮਨਾ ਰਹੇ ਹਾਂ, ਅਸੀਂ ਆਪਸ ਵਿੱਚ ਸਾਰੇ ਸੱਕੇ ਭਰਾ ਹੈਗੇ ਹਾਂ, ਅਸੀਂ ਵੱਖ ਨਹੀਂ ਹੋ ਸਕਦੇ। ਇਸ ਤੋਂ ਅਗਲੀ ਗੱਲ, ਜਿਨ੍ਹਾਂ ਨੂੰ ਅਜੇ ਵੀ ਨਾ ਮੇਰੀ ਗੱਲ ਮੰਨਣਾ ਚਾਹੁੰਦੀ ਹੋਵੇ, ਸਾਧ ਸੰਗਤ ਜੀ, ਗੁਰਬਾਣੀ ਵਿੱਚ ਬਹੁਤ ਸਪਸ਼ਟ ਲਿਖਿਆ ਹੋਇਆ ਕਿ ਭਗਵਾਨ ਰਾਮ ਜੀ, ਭਗਵਾਨ ਵਾਮਨ ਜੀ, ਭਗਵਾਨ ਕ੍ਰਿਸ਼ਨ ਜੀ ਸਾਡੇ ਪੂਜਨੀਕ ਨੇ, ਉਹ ਸਤਯੁਗ ਤ੍ਰੇਤਾ ਦੁਆਪਰ ਦੇ ਅਵਤਾਰ ਨੇ, ਔਰ ਉਹ ਪ੍ਰਭੂ ਦਾ ਅਵਤਾਰ ਨੇ। ਭੱਟਾਂ ਦੀ ਬਾਣੀ ਵਿੱਚ ਵੀ ਲਿਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ, ਪੰਜਵੇਂ ਪਾਤਸ਼ਾਹ ਦੀ ਆਪਣੀ ਰਸਨਾ ਦਾ ਲਿਖਿਆ ਹੋਇਆ, ਸ੍ਰੀ ਰਾਮ ਚੰਦ ਜਿਹੇ ਰੂਪ ਨਾ ਰੇਖਿਆ। ਇਸੇ ਤਰ੍ਹਾਂ 52 ਅਵਤਾਰ ਵਾਸਤੇ ਸਪਸ਼ਟ ਲਿਖਿਆ ਕਿ ਹੇ ਪਰਮਾਤਮਾ, ਤੂੰ 52 ਅਵਤਾਰ ਧਾਰ ਕੇ ਆਇਆ, ਕੀ ਕਰਾਂਗੇ ਆਪਾਂ ਵਿੱਚੋਂ? ਬਲੇਡ ਲੈ ਕੇ ਤੁਕਾਂ ਕੱਟ ਦਿਆਂਗੇ? ਕਿ ਇਹਨੂੰ ਵੀ ਆਖਾਂਗੇ ਕਿ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਇਹ ਵੀ ਹਿੰਦੂਆਂ ਦੇ ਝੂਠ ਨੇ? ਨਹੀਂ, ਸਾਡੀ ਈਸਾਈ ਅੰਗਰੇਜ਼ਾਂ ਨੇ ਸਾਡੀ ਬੁੱਧੀ ਭ੍ਰਸ਼ਟ ਕਰ ਦਿੱਤੀ ਹੈ, ਸਾਡੇ ਵਿੱਚ ਉਹ ਇੱਕ ਸ਼੍ਰੇਣੀ ਪੈਦਾ ਕਰ ਦਿੱਤੀ ਹੈ ਜਿਹੜੇ ਸਾਡੀਆਂ ਹੀ ਜੜ੍ਹਾਂ ਵੱਢਣ ਲੱਗ ਪਏ ਨੇ, ਸਾਨੂੰ ਆਪਣੇ ਵਿਸ਼ਵਾਸ ਦੇ ਵਿਰੁੱਧ ਸਾਨੂੰ ਗੱਲਾਂ ਦੱਸਣ ਲੱਗ ਪਏ ਨੇ। ਇਸ ਕਰਕੇ ਅਸੀਂ ਆਪਣੇ ਮੁੱਢ ਨਾਲੋਂ ਟੁੱਟਦੇ ਜਾ ਰਹੇ ਹਾਂ। ਅਸੀਂ ਆਪਣਾ ਵਿਸ਼ਵਾਸ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਰੱਖ ਲਿਆ, ਗੁਰਬਾਣੀ 'ਚ ਲਿਖੇ ਨੂੰ ਅਸੀਂ ਮੰਨਣੋਂ ਭੁੱਲ ਗਏ ਹਾਂ। ਆਪਾਂ ਨੂੰ ਗੁਰਬਾਣੀ ਵਿੱਚ ਲਿਖੇ ਨੂੰ ਮੰਨਣਾ ਚਾਹੀਦਾ, ਤਾਂ ਹੀ ਸਹੀ ਸਤਿਕਾਰ ਹੈ ਗੁਰਬਾਣੀ ਦਾ। ਸਾਧ ਸੰਗਤ ਜੀ, ਆਪ ਜੀ ਨੇ ਬੜੀ ਦੂਰੋਂ ਦੂਰੋਂ ਆ ਕੇ, ਦਿਨ ਰਾਤ ਜਾ ਕੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ। ਸੱਚੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ 'ਤੇ ਅਪਾਰ ਖੁਸ਼ੀਆਂ ਬਖਸ਼ਣ ਸਭ 'ਤੇ। ਸਾਡੀ ਨਾਮਧਾਰੀਆਂ ਦੀ ਬਹੁਤ ਵੱਡੀ ਇੱਛਾ, ਸਤਿਗੁਰੂ ਨਾਨਕ ਦੇਵ ਦੀ ਰੰਗ ਬਿਰੰਗੀ ਫੁਲਵਾੜੀ, ਸਾਰੇ ਗੁਰੂ ਨਾਨਕ ਨਾਮ ਲੇਵਾ ਇਕੱਠੇ ਹੋਣੇ ਚਾਹੀਦੇ ਨੇ।
ਸਤਿਗੁਰੂ ਨਾਨਕ ਦੇਵ ਦਾ ਰਾਜ ਸਾਰੇ ਸੰਸਾਰ 'ਤੇ ਹੋਣਾ ਚਾਹੀਦਾ, ਉਹ ਤਾਂ ਹੀ ਹੋਵੇਗਾ ਜੇ ਆਪਾਂ ਆਪਸ ਵਿੱਚ ਲੜਨੋਂ ਹਟਾਂਗੇ। ਲੜ ਕੇ ਕਦੀ ਕੋਈ ਵਧਿਆ ਨਹੀਂ, ਜੁੜ ਕੇ ਹੀ ਵੱਧ ਸਕਦੇ ਹਾਂ। ਸੋ ਜੇ ਜਿਹੜੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਨ ਵਾਲੇ ਨੇ, ਜੇ ਕੋਈ ਉਹ ਸੱਜਣ ਸੁਣਦੇ ਹੋਣ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਜੋ ਅਤ ਮਨੋਹਰ ਕਵਿਤਾ ਰਚੀ ਗਈ ਹੈ, ਭਾਵੇਂ ਉਹ ਸੱਚੇ ਪਾਤਸ਼ਾਹ ਦੀ ਹੈ, ਭਾਵੇਂ ਉਹਨਾਂ ਦੇ ਕਵੀਆਂ ਦੀ ਹੈ, ਕੀ ਸਾਡੇ ਵਿੱਚੋਂ ਕੋਈ ਉਹੋ ਜਿਹੀ ਕਵਿਤਾ ਰਚਣ ਦਾ ਯਤਨ ਕਰਦਾ? ਸਾਨੂੰ ਤਾਂ ਇਹ ਹੀ ਨਹੀਂ ਪਤਾ ਕਿ ਉਹਦੇ ਵਿੱਚ ਜਿਹੜੇ ਛੰਦ ਲਿਖੇ ਨੇ ਉਹ ਕਿੱਡੇ ਵਧੀਆ ਨੇ, ਅਸੀਂ ਉਹੋ ਜਿਹੇ ਛੰਦ ਨੂੰ ਬਣਾਉਣਾ ਕੀ ਅਸੀਂ ਸਮਝ ਹੀ ਲਈਏ? ਸਾਡੀ ਇੱਕੋ ਹੀ ਗੱਲ ਹੈ ਕਿ ਨਹੀਂ, ਦਸਮ ਬਾਣੀ ਨਹੀਂ, ਉਹਦੇ 'ਚ ਅਸ਼ਲੀਲਤਾ। ਅਸੀਂ ਇਹੋ ਜਿਹੀਆਂ ਗੱਲਾਂ ਕਰ ਕਰਕੇ ਜਿੰਨਾ ਜ਼ੋਰ ਇਹਨਾਂ ਗੱਲਾਂ 'ਤੇ ਲਾਇਆ, ਉਹਦੀ ਬਜਾਏ ਜੇ ਅਸੀਂ ਆਪਣੇ ਗੁਰੂ ਦੀ ਮਨੋਹਰ ਕਵਿਤਾ ਨੂੰ ਜਾਂ ਉਹਨਾਂ ਦੇ ਕਵੀਆਂ ਦੀ ਰਚੀ ਕਵਿਤਾ ਨੂੰ ਕਵੀਆਂ ਦੀ ਰਚੀ ਕਵਿਤਾ ਆ ਕੇ ਜੇ ਆਪਾਂ ਪ੍ਰਚਾਰ ਕਰਦੇ, ਅੱਜ ਆਪਾਂ ਕਿਤੇ ਦੇ ਕਿਤੇ ਪਹੁੰਚੇ। ਸਿੱਖਾਂ ਦੇ ਇੰਨੀ ਮਾੜੀ ਹਾਲਤ ਹੈ ਕਿ ਸਾਡਾ ਹਰ ਵੇਲੇ ਹਰ ਗੱਲ 'ਤੇ ਸਾਨੂੰ ਵਿਰੋਧ ਸੁੱਝਦਾ ਹੈ। ਉਂਝ ਸਾਡੇ ਵੀਰ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਪਸ਼ਟ ਲਿਖਿਆ ਹੈ, ਵਾਵਾ ਵੈਰ ਨਾ ਕਰਿਓ ਕਾਹੂ। ਫਿਰ ਆਪਾਂ ਕਿਉਂ ਵੈਰ ਕਰਦੇ ਹਾਂ? ਕੋਈ ਵਿਰੋਧ ਵਾਲੀ ਮਾੜੀ ਜੀ ਕਿਸੇ ਦੀ ਕੋਈ ਵੀਡੀਓ ਆ ਜਾਵੇ, ਝੱਟ ਵਾਇਰਲ ਹੋ ਜਾਂਦੀ ਹੈ ਸਿੱਖਾਂ ਵਿੱਚ। ਕੋਈ ਚੰਗੀ ਗੱਲ ਕਰੇ ਉਹ ਨਹੀਂ ਵਾਇਰਲ ਹੁੰਦੀ, ਕੀ ਗੱਲ ਹੈ? ਉੱਥੇ ਤਾਂ ਲਿਖਿਆ, ਬੁਰਾ ਦੇਖਣ ਮੈਂ ਗਿਆ, ਬੁਰਾ ਨਾ ਡਿੱਠਾ ਕੋਏ, ਜਦ ਮੁੱਝ ਡਿੱਠਾ ਦੇ ਲਏ ਆਪਣਾ, ਏਡਾ ਬੁਰਾ ਨਾ ਕੋਏ। ਅਸੀਂ ਅਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਅਤੇ ਸਾਰਿਆਂ ਦੀਆਂ ਬੁਰਿਆਈਆਂ ਹੀ ਦਿਸਦੀਆਂ ਨੇ। ਜਿਹੜੇ ਇੱਕ ਹੋਰ ਵਿਸ਼ੇਸ਼ ਗੱਲ ਕਰਦੇ ਹਾਂ, ਜਿਹੜੇ ਸਾਡੇ ਵੀਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ 'ਤੇ ਨੁਕਤਾਚੀਨੀ ਕਰਕੇ ਕਹਿੰਦੇ ਨੇ ਇਹ ਵੀ ਬਾਣੀ ਨਹੀਂ, ਆਹ ਵੀ ਬਾਣੀ ਨਹੀਂ, ਪਹਿਲਾਂ ਤਾਂ ਉਹਨਾਂ ਨੇ ਕੁਛ ਹੋਰ ਬਾਣੀਆਂ 'ਤੇ ਕੀਤਾ ਸੀ, ਅੱਜ ਉਹ ਹੀ ਸਾਡੇ ਸੱਜਣ ਜਾਤ ਸਾਹਿਬ 'ਤੇ ਵੀ ਆ ਗਏ ਨੇ ਕਿ ਨਹੀਂ ਇਹ ਵੀ ਬਾਣੀ ਨਹੀਂ। ਅਤੇ ਉਹ ਜਾਂ ਉਹਨਾਂ ਦੇ ਸਕੇ ਭਰਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਬਾਣੀ 'ਤੇ ਵੀ ਇੰਨਾ ਕਿੰਤੂ ਪਰੰਤੂ ਕਰਦੇ ਨੇ ਕਿ ਰਹੇ ਰੱਬ ਦਾ ਨਾਂ, ਉਹ ਕੀ ਆਉਂਦੇ ਨੇ ਭੱਟਾਂ ਦੀ ਬਾਣੀ ਕੱਢ ਦਿਓ, ਰਾਗਮਾਲਾ ਪੜ੍ਹਨੀ ਹੀ ਨਹੀਂ। ਭਾਈ ਮੈਂ ਬਹੁਤ ਨਿਮਰਤਾ ਸਾਹਿਬ ਪੁੱਛਦਾ, ਜਿਹੜੇ ਸੱਜਣ ਆਉਂਦੇ ਨੇ ਰਾਗਮਾਲਾ ਗੁਰਬਾਣੀ ਨਹੀਂ ਹੈਗੀ, ਇਹ ਨਹੀਂ ਚਾਹੀਦੀ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਫਿਰ ਉਦੋਂ ਨਾਲ ਰਾਗਮਾਲਾ ਨੂੰ ਮੱਥਾ ਟੇਕ ਜਾਂਦਾ, ਉਦੋਂ ਕੀ ਕਰਦੇ ਹੋ ਬਈ? ਧੌਣ ਟੇਢੀ ਕਰ ਲਿਆ ਕਰੋ, ਫਿਰ ਸੰਗ ਤਾਂ ਨਹੀਂ ਆਉਂਦੀ ਸਾਨੂੰ ਇਹ ਗੱਲ ਕਰਨ ਲੱਗਿਆ। ਜੇ ਸਾਡੇ ਸੱਚੇ ਪਾਤਸ਼ਾਹ ਨੇ ਰਾਗਮਾਲਾ ਵਿੱਚ ਲਿਖ ਦਿੱਤੀ, ਸਾਨੂੰ ਕੀ ਸਮੱਸਿਆ ਕਿ ਆਪਣੇ ਗੁਰੂ ਦੀ ਰਚੀ ਹੋਈ ਚੀਜ਼ 'ਤੇ ਕਿੰਤੂ ਕਰੀਏ, ਨਾਲੇ ਅਸੀਂ ਉਹਨੂੰ ਗੁਰੂ ਮੰਨਦੇ ਹਾਂ, ਸਾਡੇ ਵੀਰ ਜਿਹੜੇ ਉਹਨੂੰ ਗੁਰੂ ਮੰਨਦੇ ਨੇ, ਜੇ ਗੁਰੂ ਮੰਨਦੇ ਫਿਰ ਉੱਤੇ ਕਿੰਤੂ ਕਿਉਂ ਕਰਦੇ? ਰਾਗਮਾਲਾ ਵੀ ਨਹੀਂ ਚਾਹੀਦੀ, ਭੱਟ ਬਾਣੀ ਨਹੀਂ ਚਾਹੀਦੀ, ਭਗਤ ਬਾਣੀ ਨਹੀਂ ਚਾਹੀਦੀ, ਫਿਰ ਉਸ ਤੋਂ ਅੱਗੇ ਜੀ ਇਹ ਜਪਜੀ ਸਾਹਿਬ ਦੇ ਵਿੱਚ ਆ, ਇਹ ਇੱਥੇ ਆ ਨਹੀਂ ਚਾਹੀਦਾ। ਜਿਉਂ ਆਪਾਂ ਗਲਤੀਆਂ ਕੱਢਣ ਲੱਗਦੇ ਹਾਂ, ਸਾਨੂੰ ਹੋਰ ਕੰਮ ਹੀ ਕੋਈ ਨਹੀਂ। ਇਸ ਕਰਕੇ ਮੇਰੀ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਸਾਰੇ ਸਿੱਖ ਵੀਰਾਂ ਨੂੰ ਕਿ ਗੁਰਬਾਣੀ ਜੋ ਲਿਖਿਆ ਉਹਨੂੰ ਮੰਨਣਾ ਸ਼ੁਰੂ ਕਰੋ, ਆਪਣੇ ਗੁਰੂ ਦੀ ਮਨੋਹਰ ਰਚਨਾ ਨੂੰ, ਉਹਦੀ ਮਨੋਹਰ ਕਵਿਤਾ ਨੂੰ, ਉਹਦੇ ਵਿੱਚ ਉੱਤਮ ਜੀਵਨ ਜਾਚ ਹੈ, ਉਹਨੂੰ ਪ੍ਰਚਾਰਨਾ ਸ਼ੁਰੂ ਕਰੀਏ, ਉਹਦੇ 'ਤੇ ਕਿੰਤੂ ਪਰੰਤੂ ਕਰਨਾ ਛੱਡੀਏ, ਜੇ ਆਪਾਂ ਸੱਚੀ ਮੁੱਚੀ ਸਿੱਖ ਹਾਂ। ਜੇ ਆਪਾਂ ਨਹੀਂ ਹੈਗੇ, ਜੇ ਆਪਾਂ ਸਿੱਖ ਪੰਥ ਦਾ ਨੁਕਸਾਨ ਹੀ ਕਰਨਾ, ਫਿਰ ਭਰਾਵੋ ਜੋ ਮਰਜ਼ੀ ਕਰੀ ਜਾਓ। ਜਿਹੜੇ ਸੱਜਣਾਂ ਨੂੰ ਇੱਛਾ ਹੋਵੇ ਕਿ ਅਸੀਂ ਆਦਿ ਬਾਣੀ ਜਾਂ ਦਸਮ ਬਾਣੀ ਕਿਸੇ ਦੇ ਬਾਰੇ ਵੀ ਜਾਣਕਾਰੀ ਲੈਣੀ ਹੈ, ਉਹਦੇ ਵਾਸਤੇ ਆਹ ਬੜੀ ਮਨੋਹਰ ਪੁਸਤਕ ਹੈ, ਇੱਕ ਗੁਰ ਛੰਦ ਦਿਵਾਕਰ, ਭਾਈ ਸਾਹਿਬ ਭਾਈ ਕਾਨ ਸਿੰਘ ਜੀ ਦੀ ਲਿਖੀ ਹੋਈ ਹੈ। ਇਹਦੇ ਵਿੱਚ ਜਿੰਨੀ ਸਿੱਖ ਧਰਮ ਨਾਲ ਜੋ ਵੀ ਸੰਬੰਧਿਤ ਕਵਿਤਾਵਾਂ ਨੇ ਉਹਦੀ ਬਹੁਤ ਵਧੀਆ ਵਿਆਖਿਆ ਕੀਤੀ ਹੋਈ ਹੈ, ਇਹ ਸਾਰਿਆਂ ਨੂੰ ਪੜ੍ਹਨੀ ਅਤੇ ਸਮਝਣੀ ਚਾਹੀਦੀ ਹੈ। ਸੋ ਇਹ ਇੰਨੀਆਂ ਕੁ ਬੇਨਤੀਆਂ ਨੇ ਕਿ ਅਸੀਂ ਅੱਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਅਸੀਂ ਦਸਵੇਂ ਗੁਰੂ ਦੇ ਸਿੱਖ ਹਾਂ, ਸਾਨੂੰ ਕੋਈ ਹਟਾ ਨਹੀਂ ਸਕਦਾ ਮੰਨਣੋ, ਅਸੀਂ ਕਿਉਂਕਿ ਨਾਮ ਧਾਰੀਏ ਤਾਂ ਅਸਲੀ ਸਿੱਖ ਹਾਂ ਦਸਵੇਂ ਪਾਤਸ਼ਾਹ ਦੇ। ਇਸ ਕਰਕੇ ਸਾਰੇ ਫਿਰ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ।